ਬਠਿੰਡਾ ਵਿੱਚ ਪਿਛਲੇ ਦਿਨਾਂ ਤੋਂ ਵਧੀ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਉੱਥੇ ਹਸਪਤਾਲਾਂ ਦੇ ਵਿੱਚ ਬਿਮਾਰਾਂ ਦੀ ਗਿਣਤੀ ਵਧੀ ਹੈ ਇਸ ਠੰਡ ਦੇ ਨਾਲ ਜਿਆਦਾ ਬੱਚੇ ਨੇ ਉਹ ਬਿਮਾਰ ਹੋ ਰਹੇ ਨੇ ਔਰ ਕਿੰਨੀ ਓਪੀਡੀ ਪਹਿਲਾਂ ਦੇ ਮੁਕਾਬਲੇ ਵਧੀ ਹੈ ਮੇਰੇ ਨਾਲ ਬੱਚਿਆਂ ਦੇ ਮਾਹਰ ਡਾਕਟਰ ਡਾਕਟਰ ਰਵੀ ਕਾਂਤ ਜੀ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਠੰਡ ਕਾਫੀ ਜਿਆਦਾ ਹੋ ਗਈ ਹੈ ਪਾਰਾ 6 ਤੋਂ ਥੱਲੇ ਆ ਗਿਆ ਓਪੀਡੀ ਕਿੰਨੀ ਵਧ ਗਈ ਬੱਚਿਆਂ ਦੀ ਪਿਛਲੇ ਸਰ 10-12 ਦਿਨ ਤੋਂ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਟੈਂਪਰੇਚਰ ਡਾਊਨ ਆਇਆ ਹੈ ਠੰਡ ਇੱਕਦਮ ਵਧੀ ਹੈ ਧੁੰਦਾਂ ਵਧ ਗਈਆਂ ਨੇ ਤਾ ਪਿਛਲੇ ਦਿਨਾਂ ਦੇ ਚਿਰ 15 ਤੋਂ 20% ਸਾਡੇ ਕੋਲ ਇਨਕਰੀਮੈਂਟ ਲੱਗਿਆ 15 ਤੋਂ 20% ਆਮ ਦੀ ਨਾਲੋਂ ਮਰੀਜ਼ ਜ਼ਿਆਦਾ ਆ ਰਹੇ ਪਿਛਲੇ 10-12 ਦਿਨ ਤੋਂ ਜਿਸ ਵਿੱਚ ਖਾਂਸੀ ਜ਼ੁਖਾਮ ਗਲਾ ਖਰਾਬ ਵਾਇਰਲ ਫੀਵਰ ਸੋਰ Throat ਦੇ ਕੇਸ ਈਵਨ ਕਿ ਪੇਟ ਖਰਾਬ ਡਾਇਰੀਆ ਵਾਉਂਟਿੰਗ ਦੇ ਵੀ ਕੇਸ ਆ ਰਹੇ ਨੇ ਤਾਂ ਇਹ ਪਿਛਲੇ 15 ਦਿਨਾਂ ਦੇ ਹੀ ਕੇਸ ਜਾਲਾ ਇੱਕਦਮ ਸਡਨਲੀ ਇਨਕਰੀਸ ਹੋਇਆ ਜੀ ਸਾਡੇ ਸਰ ਕੀ ਬਚਾ ਕੀ ਹੈ ਕਿਉਂਕਿ ਕੰਮ ਕਾਜ ਵਾਸਤੇ ਲੋਕਾਂ ਨੇ ਬਾਹਰ ਨਿਕਲਣਾ ਹੈ ਬੱਚੇ ਵੀ ਬਾਹਰ ਠੰਡ ਦੇ ਜੀ ਨਿਕਲੇ ਆਉਂਦੇ ਨੇ ਬਚਾ ਕੀ ਆ رائے ਕੀ ਦਿਨੇਓ ਬੱਚਿਆਂ ਦੇ ਮਾਤਾ ਪਿਤਾ ਨੂੰ ਰਾਇਤਾ ਫਸਟ ਆਫ ਆਲ ਸਭ ਇਹ ਹੈ ਕਿ ਛੋਟੇ ਬੱਚਾ ਨੂੰ ਖਾਸ ਕਰਕੇ ਜਿਹੜੇ ਬੱਚੇ 5 ਸਾਲ ਤੋਂ ਛੋਟੇ ਹੈ ਉਹਨਾਂ ਨੂੰ ਘੱਟ ਤੋਂ ਘੱਟ ਘਰੋਂ ਬਾਹਰ ਕੱਢੇ ਜਾਵੇ ਖਾਸ ਕਰਕੇ ਜਿਹੜੇ ਕਿ ਸਵੇਰੇ ਦੀ ਘੰਟੇ ਨੇ ਜਾਂ ਸ਼ਾਮ ਨੂੰ ਹੈ ਠੰਡ ਜਿਆਦਾ ਪੈਂਦੀ ਹੈ ਜੇ ਇੱਕ ਬਾਹਰ ਕੱਢਣਾ ਵੀ ਹੈ ਤਾਂ ਦਿਨ ਦੇ ਟਾਈਮ ਜਿਵੇਂ 12:00 ਇੱਕ ਵੀ ਟੈਂਪਰੇਚਰ ਸੂਰਜ ਦੀ ਰੋਸ਼ਨੀ ਸਿੱਧੀ ਪੈਂਦੀ ਹੈ ਔਰ ਟੈਂਪਰੇਚਰ ਠੀਕ ਹੁੰਦਾ ਤਾਂ ਉਸ ਟਾਈਮ ਬਾਹਰ ਕੱਢਿਆ ਜਾ ਸਕਦਾ ਹੈ ਉਹ ਵੀ ਇੱਕ ਗਰਮ ਉਸ 19 ਕੱਪੜੇ ਪਾ ਕੇ ਲੇਕਿਨ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਛੋਟੇ ਬੱਚਿਆਂ ਨੂੰ 5 ਸਾਲ ਦੇ ਛੋਟੇ ਬੱਚਿਆਂ ਨੂੰ ਜੇ ਲੈ ਕੇ ਵੀ ਆਣਾ ਹੈ 4 ਵੀਲਰ ਤੇ ਲੈ ਕੇ ਜਾਓ 2 ਵੀਲਰ ਤੇ ਨਾਲ ਲੈ ਕੇ ਆਇਆ ਜਾਵੇ ਕੋਈ ਉਹਨਾਂ ਨਾਲ ਵਾਇਰਸ ਆਮ এনवायरमेंट ਚ ਸਰਦੀਆਂ ਚ ਬਹੁਤ ਹੁੰਦਾ ਹੈ ਇਸ ਕਰਕੇ ਵਾਇਰਲ ਇਨਫੈਕਸ਼ਨ ਹੋਣ ਦਾ ਛੋਟੇ ਬੱਚਿਆਂ ਨੂੰ ਖਤਰਾ ਠੰਡ ਚ ਜ਼ਿਆਦਾ ਵੱਧ ਜਾਂਦਾ ਹੈ ਸੈਕਿੰਡ ਜੇ ਦੂਜੀ ਹਰਾਈ ਸਾਡੀ ਇਹੀ ਹੈ ਕਿ ਬੱਚਿਆਂ ਨੂੰ ਗਰਮ ਕੱਪੜੇ ਪਵਾ ਕੇ ਬਾਹਰ ਲੈ ਕੇ ਆਇਆ ਜਾਵੇ ਗਰਮ ਕੱਪੜਿਆਂ ਦੇ ਵਿੱਚ ਪੈਰਾਂ ਤੇ ਜੁਰਾਬਾਂ ਪਾ ਲੈਣੀ ਚਾਹੀਦੀਆਂ ਸਿਰ ਤੇ ਟੋਪੀ ਲੈ ਕੇ ਜਾਣੀ ਚਾਹੀਦੀ ਹੈ ਨਾ ਇਦੂ علاوہ ਗਰਮ ਚੀਜ਼ਾਂ ਦਾ ਇਸਤੇਮਾਲ ਵਧਾ ਦੇਣਾ ਚਾਹੀਦਾ ਜਿਵੇਂ ਗਰਮ ਦੁੱਧ ਦਾ ਇਸਤੇਮਾਲ ਗਰਮ ਕਾਫੀ ਜਾਂ ਚਾਹ ਹੈ ਨਾ ਤੁਸੀਂ ਵਾਲੀ ਚਾਹ ਮਠੀ ਵਾਲੀ ਚਾਹ ਇਦਾਂ ਦੇ ਕੁਝ ਆਯੁਰਵੈਦਿਕ ਪ੍ਰੈਕਟਿਸ ਹੈ ਜਿਵੇਂ ਕਿ ਅਖਰੋਟ ਹੈ ਬਦਾਮ ਹੈ ਇਦਾਂ ਦਾ ਚੀਜ਼ਾਂ ਨਾਲ ਇਮਿਊਨਿਟੀ ਵੀ ਵੱਧਦੀ ਹੈ ਠੰਡ ਦੇ ਵਿੱਚ ਬੱਚਾ ਕਿਹੜੀਆਂ ਚੀਜ਼ਾਂ ਜਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਡਾਈਟ ਚੇਂਜ ਦੀ ਤੁਸੀਂ ਗੱਲ ਕੀਤੀ ਹੈ ਕਿ ਆਹਾਂ ਚੀਜ਼ਾਂ ਖਾਣੀਆਂ ਚਾਹੀਦੀਆਂ ਨਹੀਂ ਕਿਹੜੀਆਂ ਚੀਜ਼ਾਂ ਸਰਦੀਆਂ 'ਚ ਇਸਤੇਮਾਲ ਨਾ ਕਰੋ ਕਿ ਬੱਚਾ ਠੰਡ ਤੋਂ ਬਚੇ ਦੇਖੋ ਸਰ ਸਰਦੀ ਦੇ ਵਿੱਚ ਜਿਹੜੇ ਫਾਸਟ ਫੂਡ ਹੈ ਇਹ ਨਹੀਂ ਖਾਣੇ ਚਾਹੀਦੇ ਬੱਚਾ ਨੂੰ 버ਗਰ ਨੂਡਲ ਪੀਜ਼ਾ ਵਗੈਰਾ ਕਿਉਂਕਿ ਇਹ ਸਾਰੇ ਇਮਿਊਨਿਟੀ ਡਾਊਨ ਕਰਦੇ ਆ ਬੱਚਿਆਂ ਦੀ ਤਾਂ ਵਾਇਰਲ ਇਨਫੈਕਸ਼ਨ ਦੇ ਵਿੱਚ ਹੋਰ ਵੀ ਇਮਿਊਨਿਟੀ ਡਾਊਨ ਆ ਜਾਂਦੀ ਹੈ ਤਾਂ ਜਿਸ ਕਰਕੇ ਵਾਇਰਸ ਜ਼ਿਆਦਾ ਇਫੈਕਟ ਕਰਦਾ ਹੈ ਤਾਂ ਫਾਸਟ ਫੂਡ ਤੋਂ ਅਵੋਇਡ ਕਰਨਾ ਚਾਹੀਦਾ ਹੈ ਪੀਜ਼ਾ ਨੂਡਲ 버ਗਰ ਜਿੰਨੇ ਵੀ ਫਾਸਟ ਫੂਡਸ ਹੈ ਸੈਕੰਡ ਠੰਡੀਆਂ ਚੀਜ਼ਾਂ ਜਿਨ੍ਹਾਂ ਦੀ ਨਕਸੀ ਠੰਡੀ ਹੁੰਦੀ ਹੈ ਜਿਵੇਂ ਕੋਈ ਬਰਫ ਵਾਲੀ ਚੀਜ਼ਾਂ ਗਲੇ ਖਰਾਬ ਕਰਦੀਆਂ ਨੇ ਜਾਂ ਖਟੀਆਂ ਚੀਜ਼ਾਂ ਠੰਡੀਆਂ ਖਟੀਆਂ ਚੀਜ਼ਾਂ ਇਹਨਾਂ ਤੋਂ ਅਵੋਇਡ ਕਰਨਾ ਚਾਹੀਦਾ ਹੈ ਬਿਲਕੁਲ ਡਾਕਟਰ ਰਵਿਕਾਂਤ ਨੇ ਜਿਹੜੇ ਦੱਸ ਰਿਹਾ ਕਿ ਖਾਣ ਪੀਣ ਦੇ ਵਿੱਚ ਕੀ ਚੇਂਜ ਕਰਨੀ ਚਾਹੀਦੇ ਨੇ ਬਿਨਾਂ ਕੰਮ ਕਾਜ ਤੋਂ ਬਾਹਰ ਨਾ ਨਿਕਲੋ ਅਗਰ ਬੱਚਿਆਂ ਨੂੰ ਕਿਸੇ ਮਜਬੂਰੀ ਕਰਕੇ ਬਾਹਰ ਲੈ ਕੇ ਆਉਣਾ ਪੈਂਦਾ ਨੱਕ ਮੂੰ ਟਾਕੇ ਨਿਕਲੋ ਔਰ ਗਰਮ ਚੀਜ਼ਾਂ ਖਾਣ ਪੀਣ ਵਾਲੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਪਟੰਡਾ ਤੋਂ ਸੂਰਜਪਨ న్యూਸ 18 ਪੰਜਾਬ